ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਚਰਨ ਸਿੰਘ ਭੈਣਾ ਜੀ ਦੇ ਨਾਲ। ਭੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਿਗੀ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ। ਉਹਨਾਂ ਦਾ ਮਾਮਲਾ ਕਾਫੀ ਜ਼ਿਆਦਾ ਭਖਿਆ ਹੋਇਆ ਔਰ ਕਹਿੰਦੇ ਸੁਖਪਾਲ ਖਹਿਰਾ ਹੋਰਾਂ ਦੇ 526 ਸੈਕਿੰਡ ਦੀ ਪੜਤਾਲ ਜਿਹੜੀ ਹੈ ਉਹ ਜਾਰੀ ਹੈ। ਦੇਖੋ ਜੀ, ਗੱਲ ਇਹ ਹੈ ਕਿ 526 ਸੈਕਿੰਡ ਦਾ ਰੌਲਾ ਪਿਆ ਹੋਇਆ ਵੀ ਸੁਖਪਾਲ ਸਿੰਘ ਖਹਿਰਾ ਨੇ 526 ਸੈਕਿੰਡ 4 ਮਾਰਚ 2015 ਨੂੰ ਗੱਲ ਕੀਤੀ ਆ ਇੰਗਲੈਂਡ ਦੇ ਵਿੱਚ ਵੱਖ ਵੱਖ ਸਮੇਂ ਦੇ ਉੱਤੇ। ਵੀ ਜਿਵੇਂ ਕੋਈ ਫੋਨ ਕੀਤਾ ਉਹਨਾਂ ਨੇ 6:07 ਲਈ, ਫਿਰ ਜਿਹੜਾ 6:00 ਮੰਨ ਲਓ ਕੁਛ ਮਿੰਟ ਦੇ ਉੱਤੇ ਕੀਤਾ ਜੀ 37 ਲਈ, ਫਿਰ ਗੱਲ ਹੋਈ ਜੀ 10 ਮਿੰਟ ਬਾਅਦ ਇੰਨੇ ਸੈਕਿੰਡ ਲਈ। ਸੋ ਇਸ ਤਰੀਕੇ ਦੀ ਜਾਣਕਾਰੀ ਆਈ ਆ ਮੀਡੀਆ ਦੇ ਵਿੱਚ। ਇਹ ਜਾਣਕਾਰੀ ਆਈ ਆ ਕਿ ਸੁਖਪਾਲ ਸਿੰਘ ਖਹਿਰਾ ਨੇ ਵੱਖ ਵੱਖ ਸਮੇਂ ਦੇ ਉੱਤੇ ਇੱਕੋ ਦਿਨ ਦੇ ਵਿੱਚ 4-5 ਫੋਨ ਕਾਲ ਕੀਤੇ ਜਾਂ ਸੁਣੇ, ਇੱਕੋ ਨੰਬਰ ਦੇ ਉੱਤੇ ਇੱਕੋ ਔਰਤ ਦੇ ਨਾਲ ਜਾਂ ਇੱਕੋ ਬੰਦੇ ਦੇ ਨਾਲ ਗੱਲਬਾਤ ਹੋਈ ਆ। ਹੁਣ ਇਹ ਗੱਲ ਬੜੀ ਹੈਰਾਨੀ ਵਾਲੀ ਆ ਕਿ ਮੰਨ ਲਓ ਦਿਨ ਦੇ ਵਿੱਚ ਆਪਣੀ 10 ਵਾਰ ਗੱਲ ਹੋਈ ਹੋਵੇ, ਤੁਹਾਡੀ ਤੇ ਮੇਰੀ ਗੱਲ 15 ਵਾਰ ਹੋਈ ਹੋਵੇ, ਤੇ ਹੋ ਸਕਦਾ ਜੀ ਕਿ ਆਪਾਂ 5 ਸਾਲ ਪਹਿਲਾਂ ਜਿਹੜੀ ਗੱਲਬਾਤ ਕੀਤੀ ਆ ਉਹ ਖਬਰਾਂ ਦੇ ਵਿਸ਼ੇ ਤੇ ਕੀਤੀ ਹੋਵੇ, ਆਪਾਂ ਅਖਬਾਰਾਂ ਦੇ ਵਿਸ਼ੇ ਤੇ ਕੀਤੀ ਹੋਵੇ, ਤੁਸੀਂ ਮੈਨੂੰ ਗੱਲ ਕਹੀ ਹੋਵੇ ਜੀ ਕਿ ਆਹ ਖਬਰ ਜ਼ਰੂਰ ਸਾਂਝੀ ਕਰਨੀ ਆ ਸਾਡੇ ਵਾਲਾ ਰੇਡੀਓ ਦੇ ਉੱਤੇ, ਆਹ ਖਬਰ ਆਪਾਂ ਆਪਦੇ ਪਰਿਵਾਰਕ ਮੈਂਬਰਾਂ ਦੇ ਮੂਹਰੇ ਅੱਜ ਪੇਸ਼ ਕਰਨੀ ਹੀ ਕਰਨੀ ਆ। ਮੈਂ ਤੁਹਾਨੂੰ ਕਿਹਾ ਹੋਵੇ ਜੀ ਕਿ ਇਹਦੇ ਨਾਲ ਆਹ ਵੀ ਪੇਸ਼ ਕਰਨੀ, ਇੱਕ ਨਵੀਂ ਖਬਰ ਆ ਗਈ ਆਪਾਂ ਆਹ ਵੀ ਸਾਂਝੀ ਕਰਾਂਗੇ, ਜਾਂ ਤਾਂ ਸਾਡੀ ਗੱਲਬਾਤ ਦਾ ਵੇਰਵਾ ਹੋਵੇ ਕਿ ਭਾਈ ਇਹਨਾਂ ਨੇ ਖਬਰਾਂ ਦੀ ਗੱਲ ਨਹੀਂ ਕੀਤੀ, ਇਹਨਾਂ ਨੇ ਆਹ ਗੱਲ ਕੀਤੀ ਆ। ਤੇ ਜੇਕਰ ਇਹ ਗੱਲ ਕਹੀ ਜਾਵੇ ਜੀ ਕਿ ਸਾਨੂੰ ਪਤਾ ਲੱਗ ਗਿਆ ਜੀ ਕਿ ਇਹਨਾਂ ਨੇ 10 ਵਾਰੀ ਗੱਲ ਕੀਤੀ ਆ, ਤੇ 10 ਵਾਰੀ ਤਾਂ ਆਪਾਂ ਆਪ ਵੀ ਮੰਨ ਸਕਦੇ ਵੀ ਗੱਲ ਕੀਤੀ ਆ, ਤੇ ਉਹਦਾ ਵਿਸ਼ਾ ਕੀ ਆ? ਗੱਲ ਤਾਂ ਇਹ ਆ। ਸੋ ਜਿਹੜੀ ਇਹ SIT ਦੇ ਕੋਲੇ ਹੁਣ ਜਾਣਕਾਰੀ ਆ ਜੀ ਕਿ ਇਹਨਾਂ ਨੇ ਦਿਨ ਦੇ ਵਿੱਚ 526 ਸੈਕਿੰਡ ਸੁਖਪਾਲ ਸਿੰਘ ਖਹਿਰਾ ਨੇ ਗੱਲ ਕੀਤੀ ਆ ਇੰਗਲੈਂਡ ਗੁਰਦੇਵ ਸਿੰਘ ਦੀ ਭੈਣ ਦੇ ਨਾਲ ਤੇ ਹੋਰ ਪਰਿਵਾਰਕ ਜੀਆਂ ਦੇ ਨਾਲ, ਗੁਰਦੇਵ ਸਿੰਘ ਦੇ ਉੱਤੇ ਨਸ਼ਾ ਤਸਕਰੀ ਦੇ ਦੋਸ਼ ਸੀਗੇ। ਸੋ ਇਸ ਕਰਕੇ ਇਹ ਮੈਨੂੰ ਲੱਗਦਾ ਵੀ ਮਾਮਲਾ ਆਉਂਦੇ ਸਮੇਂ ਦੇ ਵਿੱਚ ਜਦੋਂ ਅਦਾਲਤ ਦੇ ਵਿੱਚ ਜਾਊਗਾ ਤੇ ਫਿਰ ਇਹ ਗੱਲ ਠੁੱਸ ਪਟਾਕਾ ਬਣ ਕੇ ਰਹਿ ਜਾਣੀ ਆ, ਕਿਉਂਕਿ ਇਹਦੇ ਵਿੱਚ ਹੁਣ 8 ਸਾਲ ਪੁਰਾਣੀ ਰਿਕਾਰਡਿੰਗ ਕਿੱਥੋਂ ਲੈ ਕੇ ਆਉਣਗੇ। 8 ਸਾਲ ਪਹਿਲਾਂ ਗੱਲ ਹੋਈ ਉਹ ਮੰਨ ਗਏ ਸੁਖਪਾਲ ਖਹਿਰਾ ਨੇ, ਮੰਨੀ ਵੀ ਮੇਰੀ ਗੱਲ ਹੋਈ ਆ, ਪਰ ਗੱਲ ਇਹ ਵੀ ਗੱਲ ਦੇ ਵਿੱਚ ਉਹ ਨਿਕਲਿਆ ਕੀ ਆ, ਗੱਲ ਕੀਤੀ ਕਿਹੜੇ ਕਿਹੜੇ ਵਿਸ਼ੇ ਤੇ ਆਧਾਰਿਤ ਆ। ਉਹ ਕਹਿੰਦੇ ਜੀ IG ਤੇ DIG ਦੇ ਨਾਲ ਵੀ ਗੱਲ ਕੀਤੀ ਇਹਨਾਂ ਨੇ। ਹੁਣ IG DIG ਕੀ ਕਹਿਣਗੇ ਜੀ ਕਿ 8 ਸਾਲ ਪਹਿਲਾਂ ਸਾਡੀ ਕਿਹੜੇ ਵਿਸ਼ੇ ਤੇ ਗੱਲਬਾਤ ਹੋਈ ਸੀ? ਬੰਦੇ ਨੂੰ ਤਾਂ 8 ਮਿੰਟਾਂ ਬਾਅਦ ਨਹੀਂ ਚੇਤੇ ਰਹਿੰਦਾ ਕਿ ਮੈਂ ਕਿਹਦੇ ਨਾਲ ਕਿਹੜੀ ਗੱਲ ਕੀਤੀ ਸੀ। ਸੋ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਨਾਭੇ ਦੀ ਜੇਲ੍ਹ ਦੇ ਵਿੱਚ ਬੰਦ ਆ, ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਮੇਰਾ ਖਿਆਲ ਆ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਅੱਜ ਲਾਈ ਜਾਊਗੀ, ਕਿਉਂਕਿ ਲਾਉਣੀ ਕੱਲ੍ਹ ਸੀਗੀ ਉਹ ਅਦਾਲਤ ਦੇ ਵਿੱਚ, ਪਰ ਕੱਲ੍ਹ ਕਿਉਂਕਿ 2 ਅਕਤੂਬਰ ਨੂੰ ਗਾਂਧੀ ਜਯੰਤੀ ਹੋਣ ਦੇ ਕਰਕੇ ਸਰਕਾਰੀ ਛੁੱਟੀ ਸੀ ਤੇ ਅੱਜ ਉਹ ਜ਼ਮਾਨਤ ਦੀ ਅਰਜ਼ੀ ਲਾ ਦਿੱਤੀ ਜਾਣੀ ਹੈ। ਸੋ ਖਹਿਰਾ ਹੋਰਾਂ ਦਾ ਰਾਜਨੀਤਿਕ ਕੱਦ ਜਿਹੜਾ ਉਹ ਮੈਨੂੰ ਨਿੱਜੀ ਤੌਰ ਦੇ ਉੱਤੇ ਲੱਗਦਾ ਕਿ ਇਸ ਗੱਲ ਦੇ ਕਰਕੇ, ਇਸ ਫੜੋ ਫੜੀ ਦੇ ਸਿਲਸਿਲੇ ਕਰਕੇ ਵੱਡਾ ਹੋਇਆ। ਉਹਦਾ ਕਾਰਨ ਇਹ ਆ ਕਿ ਬਿਲਕੁਲ ਜਦੋਂ ਇਸ ਵੇਲੇ ਕਾਂਗਰਸ ਡਿੱਡਜੀ ਹੋਈ ਪਈ ਆ ਤੇ ਉਸ ਵੇਲੇ ਕਾਂਗਰਸ ਨੂੰ ਇੱਕ ਹੁਲਾਰਾ ਜਿਹਾ ਮਿਲਿਆ ਵੀ ਭਾਈ ਹਾਂ ਯਾਰ ਇਹ ਜ਼ਿਆਦਤੀ ਹੋ ਗਈ, ਧੱਕਾ ਹੋ ਗਿਆ, ਸੁਖਪਾਲ ਖਹਿਰੇ ਦਾ ਕੱਦ ਇਸ ਗੱਲ ਦੇ ਰੂਪ ਦੇ ਵਿੱਚ ਵੱਡਾ ਹੋਇਆ। ਉਹ ਇਸ ਕਰਕੇ ਵੀ ਆ ਵੀ 8 ਸਾਲ ਪੁਰਾਣਾ ਕੇਸ ਆ, ਇਸ ਮਾਮਲੇ ਦੇ ਉੱਤੇ ਕਈ ਵਾਰ ਸੁਣਵਾਈ ਪਹਿਲਾਂ ਹੀ ਹੋ ਚੁੱਕੀ ਆ, ਇਸ ਮਾਮਲੇ ਦੇ ਵਿੱਚ ਖਹਿਰੇ ਹੋਰੀ ਜੇਲ੍ਹ ਪਹਿਲਾਂ ਹੀ ਜਾ ਚੁੱਕੇ ਆ, ਨਵੀਂ ਕੋਈ ਗੱਲ ਹੈ ਨਹੀਂ ਕਿ ਪੁਰਾਣੀ ਨੂੰ ਹੀ ਆਪਾਂ ਫੇਰ ਰਿੜਕੀ ਜਾਂਦੇ ਆ। ਉਧਰੋਂ ਲੰਘੇ ਕੱਲ ਕੇਜਰੀਵਾਲ ਹੋਰ ਵੀ ਪੰਜਾਬ ਦੇ ਵਿੱਚ ਆਏ ਸੀ, ਉਹ ਵੀ ਕਹਿੰਦੇ ਕਿ ਇੱਕ ਵੱਡਾ ਬੰਦਾ ਕਾਹਦਾ ਫੜ ਲਿਆ, ਸਾਰੇ ਦੇ ਸਾਰੇ ਵਿਰੋਧੀ ਪੰਜਾਬ ਦੇ ਵਿੱਚ ਸਾਡੀ ਸਰਕਾਰ ਨੂੰ ਪੈ ਨਿਕਲੇ ਆ। ਹੁਣ ਜਿਹਨੂੰ ਉਹ ਵੱਡਾ ਬੰਦਾ ਕਹਿੰਦੇ ਆ, ਉਹ ਵੱਡਾ ਬੰਦਾ ਹੀ ਇਹਨਾਂ ਦੀ ਪਹਿਲਾਂ ਪਾਰਟੀ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਰਿਹਾ, ਇਹਨਾਂ ਦੇ ਵੱਲੋਂ ਹੀ ਰਿਹਾ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਸੀ। ਫਿਰ ਖਹਿਰੇ ਹੋਰਾਂ ਨੂੰ ਉਹਨਾਂ ਨੇ ਟਵੀਟ ਕਰਕੇ ਕੱਢਤਾ ਸੀਗਾ, ਵਿਰੋਧੀ ਧਿਰ ਦੇ ਨੇਤਾ ਤੋਂ ਲਾਹ ਦਿੱਤਾ ਸੀਗਾ ਤੇ ਫਿਰ ਉਸ ਤੋਂ ਬਾਅਦ ਰੇੜਕਾ ਵਧਿਆ ਸੀ। ਸੋ ਇਸ ਵੇਲੇ ਇੰਡੀਆ ਗੱਠਜੋੜ ਦੇ ਉੱਤੇ ਭਾਵੇਂ ਉਹ ਕਵੇ ਜਾਂ ਨਾ ਕਵੇ, ਆ ਵਿੱਚੇ ਕਹੀ ਜਾਂਦੇ ਕਾਂਗਰਸੀ ਨਹੀਂ ਵੱਡਾ ਪਹਾੜ ਜਿੱਡਾ ਇੱਕ ਆਪਣਾ ਨਿਸ਼ਾਨਾ ਹੈਗਾ, ਆ ਛੋਟੇ ਮੋਟੇ ਮਸਲਿਆਂ ਨੂੰ ਗੌਰ ਨਹੀਂ ਕਰਨੀ ਚਾਹੀਦੀ, ਆਪਾਂ ਕਿਹੜਾ CM ਚੁਣਨਾ, ਆਪਾਂ ਤਾਂ PM ਚੁਣਨ ਦੀ ਗੱਲ ਕਰਦੇ ਹਾਂ। ਸੋ ਗੱਲਾਂ ਬੇਸ਼ੱਕ ਇਹੋ ਜਿਹੀਆਂ ਚੱਲੀ ਜਾਂਦੀਆਂ, ਪਰ ਇਹਦਾ ਇੰਡੀਆ ਗੱਠਜੋੜ ਦੇ ਉੱਤੇ ਬਹੁਤ ਵੱਡਾ ਅਸਰ ਪਿਆ, ਪੈ ਜਾਣਾ ਸੁਭਾਵਿਕ ਸੀ। ਕਾਂਗਰਸੀ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਉਹ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰਕੇ ਚੱਲਣਾ ਚਾਹੁੰਦੇ ਆ, ਤੇ ਜੇਕਰ ਨਾ ਵੀ ਕੀਤਾ ਤਾਂ ਤੁਸੀਂ ਦੇਖੋ ਜੀ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੜਾਂ ਦੇ ਵਿੱਚ ਬੈਠ ਜਾਣਾ ਇਹਨਾਂ ਦੇ, ਕਿਉਂਕਿ ਉਹਨਾਂ ਨੇ ਇੱਕ ਨਵੀਂ ਨੀਤੀ ਆਪਣੇ ਤਰੀਕੇ ਨਾਲ ਚੱਲਣਾ ਤੇ ਇਹਨਾਂ ਨੂੰ ਦਿੱਲੀ ਤੋਂ ਸਬਕ ਲੈਣਾ ਚਾਹੀਦਾ ਵੀ ਦਿੱਲੀ ਦੇ ਵਿੱਚ ਇੱਕ ਵਾਰੀ ਇਹਨਾਂ ਨੇ 49 ਦਿਨ ਦੀ ਸਰਕਾਰ ਆ ਜਿਹੜੀ ਉਹ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਹਿਯੋਗ ਨਾਲ ਮਿਲ ਕੇ ਬਣਾਈ ਸੀ ਤੇ ਉਸ ਤੋਂ ਲੈ ਕੇ ਤੇ ਅੱਜ ਤੱਕ ਹੁਣ ਤੱਕ ਉੱਥੇ ਪੈਰ ਨਹੀਂ ਲੱਗੇ।
ਉਸ ਤੋਂ ਲੈ ਕੇ ਅੱਜ ਤੱਕ ਹੁਣ ਇਹਨਾਂ ਦੇ ਪੈਰ ਲੱਗਣ ਦੀ ਸੰਭਾਵਨਾ ਵੀ ਕੋਈ ਨਹੀਂ। ਦਿੱਲੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਪੱਲੇ 0 ਆ, 0 ਆ, ਹੋਰ ਕੁਝ ਵੀ ਨਹੀਂ ਜੀ। ਜੀ ਤੇ ਟਾਣਾ ਸਾਹਿਬ, ਦੂਸਰੇ ਬੰਨੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇਤਾ ਨੇ ਜਰਨੈਲ ਸਿੰਘ ਵਾਹਦ, ਕਹਿੰਦੇ ਉਹ ਵੀ 3 ਦਿਨਾਂ ਦੇ ਰਿਮਾਂਡ ਦੇ ਉੱਪਰ ਨੇ ਜੀ। ਬਿਲਕੁਲ ਜੀ, ਬਿਲਕੁਲ 3 ਦਿਨ ਦੇ ਉਹ ਰਿਮਾਂਡ ਦੇ ਉੱਤੇ ਆ। ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਸ਼੍ਰੋਮਣੀ ਜਿਹੜੇ ਅਕਾਲੀ ਦਲ ਦੇ ਨੇਤਾ ਜਰਨੈਲ ਸਿੰਘ ਵਾਹਦ ਆ, ਇਹ ਸੰਦਰ ਸ਼ੂਗਰ ਮਿੱਲ ਦੇ ਮਾਲਕਾਂ ਦੇ ਵਿੱਚੋਂ ਇੱਕ ਰਹੇ ਆ। ਕਿਉਂਕਿ ਹੁਣ ਤਾਂ ਚਲੋ ਜਿਹੜੀ ਆਪਾਂ ਜਦੋਂ ਜਲੰਧਰ ਤੋਂ ਫਗਵਾੜੇ ਜਾਂਦੇ ਆ ਤਾਂ ਸੱਜੇ ਹੱਥ ਆ ਜਿਹੜੀ ਉਹ ਫਗਵਾੜੇ ਦੇ ਵਿੱਚ ਐਂਟਰ ਕਰਦੇ ਆ ਸ਼ੂਗਰ ਮਿੱਲ ਆ ਜਿਹੜੀ, ਉਹਦਾ ਨਾਂ ਸੀ ਵਾਹਦ ਸੰਦਰ ਸ਼ੂਗਰ ਮਿੱਲ। ਹੁਣ ਮੇਰਾ ਖਿਆਲ ਆ ਵੀ ਉਹ ਗੋਲਡਨ ਸੰਦਰ ਸ਼ੂਗਰ ਮਿੱਲ ਕੁਛ ਏਦਾਂ, ਪਹਿਲਾਂ ਵਾਹਦ ਸੰਦਰ ਸ਼ੂਗਰ ਮਿੱਲ ਹੁੰਦੀ ਸੀ। ਉਹਦਾ ਕਾਰਨ ਇਹ ਆ ਵੀ ਹੁਣ ਇਹ ਰਾਣਾ ਗੁਰਜੀਤ ਸਿੰਘ ਨੇ ਖਰੀਦ ਲਈ ਆ, ਤੇ ਪਹਿਲਾਂ ਇਹ ਸੁਖਬੀਰ ਸਿੰਘ ਸੰਦਰ ਤੇ ਜਰਨੈਲ ਸਿੰਘ ਵਾਹਦ ਦੀ ਹੁੰਦੀ ਸੀ। ਜਰਨੈਲ ਸਿੰਘ ਵਾਹਦ ਅਕਾਲੀ ਦਲ ਦੇ ਨੇਤਾ, ਉਹਨਾਂ ਦੀ 25% ਹੀ ਹਿੱਸੇਦਾਰੀ ਰਹੀ ਆ ਇਸ ਮਿੱਲ ਦੇ ਵਿੱਚ। ਤੇ ਉਹਨਾਂ ਨੇ ਚੋਣ ਵੀ ਲੜੀ ਸੀ ਇੱਕ ਵਾਰ ਅਕਾਲੀ ਦਲ ਦੇ ਵੱਲੋਂ, ਪਰ ਉਹ ਹਾਰ ਗਏ ਸੀ। ਪਰ ਫਿਰ ਵੀ ਉਹ ਅਕਾਲੀ ਦਲ ਦੇ ਨਾਲ ਜੁੜੇ ਹੋਏ ਆ। ਪਿਛਲੇ ਦਿਨੀ ਇਹਨਾਂ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹਨਾਂ ਨੂੰ, ਇਹਨਾਂ ਦੇ ਪੁੱਤ ਨੂੰ, ਪਤਨੀ ਨੂੰ, ਇਹਨਾਂ ਨੂੰ 3 ਨਾਲ ਚੱਕਿਆ ਗਿਆ ਸੀਗਾ। 3 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਲਿਆ ਗਿਆ। ਤੇ ਉਹਦਾ ਕਾਰਨ ਇਹ ਆ ਵੀ ਜਰਨੈਲ ਸਿੰਘ ਵਾਹਦ ਤੇ ਇਹਨਾਂ ਦੀ ਕੰਪਨੀ ਦੇ ਉੱਤੇ ਦੋਸ਼ ਆ ਵੀ 42 ਕਰੋੜ ਰੁਪਈਆ ਇਹਨਾਂ ਨੇ ਕਿਸਾਨਾਂ ਦਾ ਅਦਾ ਕਰਨਾ, ਤੇ 80-90 ਕਰੋੜ ਰੁਪਈਆ ਜਿਹੜਾ ਉਹ ਬੈਂਕਾਂ ਦਾ ਅਦਾ ਕਰਨਾ। ਹੁਣ ਜਿਹੜੇ ਦੂਜੇ ਹਿੱਸੇਦਾਰ ਆ ਸੁਖਬੀਰ ਸਿੰਘ ਸੰਦਰ, ਜਿਹੜੇ ਕਿ ਵੱਧ ਹਿੱਸੇਦਾਰ ਸੀਗੇ, ਉਹ ਇੰਗਲੈਂਡ ਦੇ ਸਿਟੀਜਨ ਆ, ਉਹ ਉੱਥੇ ਰਹਿ ਰਹੇ ਆ। ਤੇ ਉਹਨਾਂ ਨੇ ਆਪਾਂ ਜਾਣਦੇ ਕਿ ਲੰਘੇ ਵੇਲੇ 'ਚ ਕਈ ਪੰਜਾਬੀ ਫਿਲਮਾਂ ਵੀ ਬਣਾਈਆਂ ਸੀ, ਮੁਖਤਿਆਰ ਚੱਡਾ, ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ, ਜੱਟ ਬੋਇਜ਼ ਪੁੱਤ ਜੱਟਾਂ ਦੇ, ਉਹਨਾਂ ਨੇ ਆ ਫਿਲਮਾਂ ਦੇ ਵਿੱਚ ਵੀ ਪੈਸਾ ਲਾਇਆ ਸੀਗਾ। ਸੋ ਉਹ ਵੀ ਇਸ ਵੇਲੇ, ਕਿਉਂਕਿ ਸ਼ੂਗਰ ਮਿੱਲ ਤਾਂ ਵਿਕ ਗਈ ਆ ਹੁਣ, ਉਹ ਇਸ ਵੇਲੇ ਇੰਗਲੈਂਡ ਦੇ ਵਿੱਚ ਹੈ, ਪਰ ਉਹਨਾਂ ਨੂੰ ਲਿਆਉਣ ਦੇ ਲਈ ਵੀ ਜਿਹੜੀ ਆ ਉਹ ਇਸ ਵੇਲੇ ਤਿਆਰੀ ਕੀਤੀ ਜਾ ਰਹੀ ਆ ਵਿਜੀਲੈਂਸ ਦੇ ਵੱਲੋਂ। ਇਦਾਂ ਪਤਾ ਨਹੀਂ ਲਿਆ ਸਕਣਗੇ ਕਿ ਨਹੀਂ ਲਿਆ ਸਕਣਗੇ, ਪਰ ਇਸ ਵੇਲੇ ਵਾਹਦ ਸੰਦਰ ਸ਼ੂਗਰ ਮਿੱਲ ਦੇ ਇੱਕ ਮਾਲਕ ਆ ਜਿਹੜੇ, ਉਹ ਜਿਹੜੇ ਕਿ ਜਰਨੈਲ ਸਿੰਘ ਵਾਹਦ ਨੇ, ਉਹ ਵਿਜੀਲੈਂਸ ਦੀ ਕੜਿੱਕੀ ਦੇ ਵਿੱਚ ਫਸੇ ਹੋਏ ਆ। ਵੇਖਦੇ ਆ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਪਰ ਕਿਸਾਨਾਂ ਨੇ ਬੜੀ ਵਾਰ ਧਰਨੇ ਲਾਏ ਆ ਇਹਨਾਂ ਦੀ ਸ਼ੂਗਰ ਮਿੱਲ ਦੇ ਮੂਹਰੇ ਕਿ ਸਾਡਾ ਬਕਾਇਆ ਜਾਰੀ ਕੀਤਾ ਜਾਵੇ। ਕਈ ਵਾਰ ਬਕਾਇਆ ਜਾਰੀ ਕਰ ਵੀ ਦਿੱਤਾ ਗਿਆ, ਕਈ ਵਾਰੀ ਰੁਕ ਵੀ ਲਿਆ ਜਾਂਦਾ ਸੀਗਾ, ਪਰ ਕਿਸੇ ਵੇਲੇ ਇਹ ਸ਼ੂਗਰ ਮਿੱਲ ਦੀ ਤੂਤੀ ਬੋਲਦੀ ਹੁੰਦੀ ਸੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਕਹਿਣਾ ਸਾਹਿਬ। ਖੈਰ ਅੱਗੇ ਵੱਧਦੇ ਹਾਂ, ਹੁਣ ਗੱਲ ਕਰਦੇ ਹਾਂ ਜੀ ਕੇਜਰੀਵਾਲ ਹੋਰਾਂ ਦੀ। ਕਹਿੰਦੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਦੇ ਵੱਲੋਂ ਮਾਤਾ ਕੌਸ਼ਲਿਆ ਹਸਪਤਾਲ ਦਾ ਜਿਹੜਾ ਸਪੈਸ਼ਲ ਯੂਨਿਟ ਹੈ ਉਹਦਾ ਉਦਘਾਟਨ ਕੀਤਾ ਗਿਆ, ਤੇ ਇਸ ਮੌਕੇ ਕਾਫੀ ਸਾਰੀਆਂ ਗੱਲਾਂ ਵੀ ਕੀਤੀਆਂ ਨੇ ਉਹਨਾਂ ਨੇ। ਬਿਲਕੁਲ ਜੀ ਬਿਲਕੁਲ, ਅਸਲ ਵਿੱਚ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦੇ ਵੱਲੋਂ ਉਦਘਾਟਨ ਕੀਤਾ ਗਿਆ, ਤੇ ਉਦਘਾਟਨ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹੀਆਂ। ਇਹ ਪਟਿਆਲਾ ਦੇ ਵਿੱਚ ਮਾਤਾ ਕੌਸ਼ਲਿਆ ਦੇਵੀ ਹਸਪਤਾਲ ਦੇ ਸਪੈਸ਼ਲ ਯੂਨਿਟ ਦਾ ਇਹਨਾਂ ਨੇ ਉਦਘਾਟਨ ਕੀਤਾ। ਨਾਲ ਭਗਵੰਤ ਮਾਨ ਵੀ ਸੀ, ਨਾਲ ਪੰਜਾਬ ਦੇ ਜਿਹੜੇ ਆ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੀ ਸੀ, ਕਈ ਹੋਰ ਵੀ ਸੀਗੇ ਮੰਤਰੀ ਸੰਤਰੀ। ਤੇ ਇੱਥੇ ਅਰਵਿੰਦ ਕੇਜਰੀਵਾਲ ਨੇ ਗੱਲ ਕਹੀ ਆ ਕਿ ਸਾਡੀ ਜਿੱਥੇ ਵੀ ਸਰਕਾਰ ਹੁੰਦੀ, ਭਾਵੇਂ ਦਿੱਲੀ ਹੋਵੇ ਭਾਵੇਂ ਪੰਜਾਬ ਦੇ ਵਿੱਚ ਆ, ਅਸੀਂ ਸਿਹਤ ਤੇ ਸਿੱਖਿਆ ਦੋ ਮਸਲਿਆਂ ਦੇ ਉੱਤੇ ਪੂਰੀ ਗੌਰ ਕਰਦੇ ਹਾਂ। ਅਸੀਂ ਦਿੱਲੀ ਦੇ ਵਿੱਚ ਵੀ ਸਿਹਤ ਦੇ ਮਾਮਲੇ ਦੇ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ, ਹਸਪਤਾਲਾਂ ਦੀ ਸਥਿਤੀ ਸੁਧਾਰੀ ਹੈ ਤੇ ਸਕੂਲਾਂ ਦੀ ਸਥਿਤੀ ਸੁਧਾਰੀ ਹੈ। ਤੇ ਪੰਜਾਬ ਦੇ ਵਿੱਚ ਵੀ ਪੌਣੇ 2 ਵਰਿਆਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਇਹੀ ਕੰਮ ਕੀਤਾ। ਉਹਨਾਂ ਨੇ ਕਿਹਾ ਜੀ ਕਿ ਸਕੂਲ ਆ ਜਿਹੜੇ ਉਹ ਨੰਬਰ 1 ਬਣਾਏ ਜਾ ਰਹੇ ਆ, ਤੇ ਅਸੀਂ ਪਹਿਲਾਂ ਇੱਥੇ ਆਮ ਆਦਮੀ ਕਲੀਨਿਕ ਖੋਲ੍ਹੇ ਤੇ ਹੁਣ ਉਸ ਤੋਂ ਬਾਅਦ ਇਹ ਜਿਹੜੇ ਹਸਪਤਾਲ ਖੋਲ੍ਹੇ ਜਾ ਰਹੇ ਆ। ਉਹਨਾਂ ਨੇ ਕਿਹਾ ਜੀ ਕਿ ਪਹਿਲੇ ਪੜਾਅ ਦੇ ਉੱਤੇ ਰੋਗ ਫੜਨ ਦੇ ਲਈ ਆਮ ਆਦਮੀ ਕਲੀਨਿਕ ਹੈਗੇ ਆ, ਜੇਕਰ ਉਸ ਤੋਂ ਅੱਗੇ ਜ਼ਰੂਰਤ ਪੈਂਦੀ ਆ ਕੋਈ ਰੋਗ ਵੱਧਦਾ ਤਾਂ ਫਿਰ ਭਾਈ ਹਸਪਤਾਲ ਹੈਗੇ, ਇਹਨਾਂ ਦੇ ਵਿੱਚ ਯੂਨਿਟ ਹੈਗੇ ਵੱਖੋ ਵੱਖਰੇ। ਉਹਨਾਂ ਨੇ ਕਿਹਾ ਜੀ ਕਿ ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੋਈ ਆ ਵੀ ਪੰਜਾਬ ਦੇ ਬਹੁਤੇ ਹਸਪਤਾਲਾਂ ਵਿੱਚ ICU ਸੈਂਟਰ ਹੀ ਹੈ ਨੀਗੇ। ਉਹਨਾਂ ਨੇ ਕਿਹਾ ਜੀ ਕਿ ਅਸੀਂ ਸਾਰਾ ਕੁਝ ਬਣਾਵਾਂਗੇ। ਫਿਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਦੇਖੋ, ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਅਸੀਂ ਕਿਸੇ ਨੂੰ ਵੀ ਬਖਸ਼ਣਾ ਨਹੀਂ, ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਣਾ ਨਹੀਂ। ਇੱਕ ਬੰਦਾ ਜਿਹੜਾ ਉਹ ਕਹਿੰਦੇ ਵੀ ਵੱਡਾ ਬੰਦਾ ਉਹ ਫੜਿਆ ਗਿਆ, ਤੇ ਦੇਖੋ ਸਾਰੀਆਂ ਵਿਰੋਧੀ ਪਾਰਟੀਆਂ ਕਿਵੇਂ ਇੱਕ ਹੋਈਆਂ ਫਿਰਦੀਆਂ। ਉਹਨਾਂ ਨੇ ਵੱਡਾ ਬੰਦਾ ਤੋਂ ਭਾਵ ਜਿਵੇਂ ਤੁਹਾਨੂੰ ਪਹਿਲਾਂ ਗੱਲ ਦੱਸੀ ਆ ਵੀ ਇਹੀ ਕਹੀ ਹੈ ਜੀ ਕਿ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਦੀ ਉਹਨਾਂ ਨੇ ਗੱਲ ਕੱਢੀ ਆ, ਤੇ ਉਹਨਾਂ ਨੇ ਕਿਹਾ ਜੀ ਕਿ ਭਾਵੇਂ ਕੋਈ ਸਾਡੀ ਪਾਰਟੀ ਦਾ ਨੇਤਾ ਹੋਵੇ ਭਾਵੇਂ ਕੋਈ ਹੋਰ ਹੋਵੇ, ਅਸੀਂ ਜਿਹੜਾ ਤਸਕਰੀ ਕਰੂਗਾ ਉਹਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਣਾ ਨਹੀਂ। ਚਲੋ ਬਾਕੀ ਗੱਲ ਉਹਨਾਂ ਦੀ ਮਰਜ਼ੀ ਹੈ ਜੀ, ਬਖਸ਼ਣਾ ਵੀ ਨਹੀਂ ਚਾਹੀਦਾ, ਪਰ ਗੱਲ ਇਹ ਜੀ ਕਿ ਇਸ ਵੇਲੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਨੇਤਾ ਵੀ ਐਸੇ ਆ ਜਿਨ੍ਹਾਂ ਦੇ ਉੱਤੇ ਕਥਿਤ ਤੌਰ ਦੇ ਉੱਤੇ ਦੋਸ਼ ਲੱਗ ਰਹੇ ਜੀ ਕਿ ਇਹ ਵੀ ਅਨੈਤਿਕ ਕੰਮਾਂ ਨੂੰ ਅੰਜਾਮ ਦੇ ਰਹੇ ਆ। ਸੋ ਉਹਨਾਂ ਦੇ ਉੱਤੇ ਪਾਰਟੀ ਕੀ ਕਾਰਵਾਈ ਕਰਦੀ ਹੈ ਵਕਤ ਦੱਸੂਗਾ, ਪਰ ਇਹ ਹੈ ਜੀ ਕਿ ਇਸ ਵੇਲੇ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਅਸੀਂ ਜੀ ਪੰਜਾਬ ਦੇ ਵਿੱਚ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹਾਂ, ਤੇ ਇਸ ਵੇਲੇ ਜੋ ਵਿਰੋਧੀ ਕਹਿੰਦੇ ਤੇ ਜਿਵੇਂ ਕਹਿੰਦੇ ਤੇ ਉਹਦੇ ਉੱਤੇ ਕੋਈ ਤੁੱਕ ਨਹੀਂ ਬਣਦੇਗੀ, ਪਰ ਅਸੀਂ ਆਪਦਾ ਕੰਮ ਇਮਾਨਦਾਰੀ ਨਾਲ ਕਰਦੇ ਜਾਣਾ। ਉਹ ਆਪਦਾ ਕੰਮ ਇਮਾਨਦਾਰੀ ਨਾਲ ਕਰੀ ਜਾਣ ਤੇ ਲੋਕ ਕਿੰਨਾ ਕੁ ਸੰਤੁਸ਼ਟ ਹੁੰਦੇ ਤੇ ਲੋਕ ਕਿੰਨਾ ਕੁ ਨਾਲ ਜੁੜਦੇ ਆ, ਇਹ ਹੁਣ ਲੋਕਾਂ ਨੇ ਆਪ ਦੱਸਣਾ, ਉਹਨਾਂ ਦੀ ਮਰਜ਼ੀ ਦੇ ਉੱਤੇ ਨਿਰਭਰ
ਆਮ ਆਦਮੀ ਪਾਰਟੀ ਦਾ ਇਹ ਫੈਸਲਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਜਾਂ ਵਿਜੀਲੈਂਸ ਦਾ ਇਹ ਫੈਸਲਾ ਵੀ ਗ੍ਰਿਫਤਾਰ ਕਰ ਲਿਆ ਜਾਵੇ, ਇਹਦੀ ਬਹੁਤ ਵੱਡੇ ਪੱਧਰ ਤੇ ਚਰਚਾ ਚੱਲ ਰਹੀ ਹੈ ਜੀ। जी बिल्कुल सही कहा तुसी टाणा साहब। तो इधर दूसरे बने राहुल गांधी हो रहे हो भी कहते दरबार साहब च नतमस्तक होए ने जी। हाँ बिल्कुल जी, दरबार साहब दे विचों नतमस्तक होए आ राहुल गांधी होरां दे वल्लों लंघे कल दरबार साहब दे विच मत्था टेकिया गया। चलो बहुत वधिया गल है जी, मत्था तां सभ नूं टेकणा चाहीदा। उहदा कारण भी हर रोज़ लखां दी गिणती दे विच संगत जांदी मत्था टेकण, उहनां दे विचों इक उह वी आ जिन्हां ने कि मत्था टेकिया। पर लंघे कल उहनां दा इह प्रोग्राम अचानक बणिया, उहनां दा इह प्रोग्राम पोलिटिकल नहीं सीगा। उन्होंने आपकी पार्टी के किसी आगू के नाल कोई मीटिंग करने की योजना नहीं सी, तो ना कोई मीटिंग की गई है। वो उत्थे पहुंचे आ, उन्होंने मत्था टेकया, उन्होंने पता लगा बाद दे विच जल सेवा भी की आ, फिर उन्होंने भांडे साफ करने की ड्यूटी भी निभाई आ, कीर्तन भी सरवण किया, पीले रंग का उन्होंने पटका बनया होया सी। ते जदों आपां जाणदे कि पंजाब दे विचों भारत जोड़ो यात्रा कढ़ी सी, तो उस वेले ये दस्तार सजा के ते अचानक दरबार साहब दे विच पहुंच गए सी, ते उस तों बाद ये हुण आए। सो गल जी कि कल कांग्रसियों के नाल कोई बहुता मेल जोल का प्रोग्राम नहीं सीगा, भी वो आउणगे उहदे नाल कोई मीटिंग करनी है। पहलां तां पता लगा सी जी कि इन्हां ने शायद सरां दे विच ही रह लेना, फिर पता लगा भी सिक्योरिटी कारणां दे करके सरां दे विच नहीं, एक होटल दे विच रुके सीगे। अज मेरा ख्याल इन्हां ने वापस चले जाणा। सो बहुत चंगी गल है जी, दरबार साहब दे विच पहुंचे, राजनीतिक लोकां दीआं अंदरलियां घुंडियां की हुंदियां भी कित्थे क्यों जाणा किवें जाणा ये उहो जाणदे आ। पर मैनूं तां इउं लगदा भी चलो सभ नूं ही जाणा भी चाहीदा, संगत वड्डी गिणती दे विच जांदी भी है, जांदे आउंदे रहना चाहीदा, मत्था टेकदे रहना चाहीदा, निरस्वार्थ जाना चाहीदा। इहदे कोई पोलिटिकल कारण की होणगे इहदे बारे आपां कुछ कह नहीं सकदे जी। बिल्कुल साहब, अगे वधदे आ गल करदे आ जी हुण श्रोमणी अकाली दल दी। लोक सभा चोणां दे लई अजे भी श्रोमणी अकाली दल कहिंदे कल्लिआं दा भार तोल रहे जी। हाँ बिल्कुल जी बिल्कुल, देखो वो आपदी इस गल नूं सोच रहा भी भाई असीं कल्ले कित्थे जे खड़े हाँ, हालांकि मैनूं तां निजी तौर ते लगदा भी वो कल्ले किते वी नहीं खड़े। पर देखते हैं भाई ये उन्होंने समा तय करूंगा जी कि वह कितने जे आ किन्ने काबल हैगे आ, की कर रहे आ की नहीं कर रहे। पर गल भी श्रोमणी अकाली दल यह सोचता कि बीजेपी का पिछले कुछ क महीनों के ग्राफ होर डिग्या पंजाब दे विच, क्योंकि जिहड़ा आपां जाणदे भी पंजाब दे विच इन्हां दे वल्लों वड्डा असर पिया हैगा जी भारत ते कनेडा दे रिश्तियां दा। ते भारत दी सरकार ने ते कनेडा दे वसनीकां दे उत्ते वीजे दी पाबंदी ला दित्ती है, जिहदे करके जिहड़ा वह ਪੰਜਾਬ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਰਹਿੰਦੇ ਆ, ਤੇ ਉਹਨਾਂ ਦੇ ਮਨ ਦੇ ਉੱਤੇ ਸੱਟ ਵੱਜਣ ਵਾਲੀ ਗੱਲ ਆ ਵੀ ਭਾਈ ਹੁਣ ਅਸੀਂ ਕਰੀਏ ਕੀ, ਕਿਸੇ ਦਾ ਵਿਆਹ ਸੀ ਇੱਥੇ, ਕਿਸੇ ਦੀ ਕੋਈ ਪ੍ਰੋਗਰਾਮ ਸੀ, ਕਿਸੇ ਦਾ ਕੋਈ ਪ੍ਰੋਗਰਾਮ ਸੀ, ਇਹਦੇ ਕਰਕੇ ਉਹਨਾਂ ਦੇ ਕਈ ਪ੍ਰੋਗਰਾਮਾਂ ਦੇ ਵਿੱਚ ਵਿਘਨ ਪੈ ਗਿਆ ਤੇ ਕਈਆਂ ਦੇ ਵਿੱਚ ਪੈ ਸਕਦਾ। ਤੇ ਉਸ ਤੋਂ ਗਲੀ ਗੱਲ ਇਹ ਜੀ ਕਿ ਅਕਾਲੀ ਦਲ ਇਹ ਸੋਚਦਾ ਵੀ ਦੇਖਦੇ ਆ ਭਾਈ ਹੁਣ ਇਹਨਾਂ ਨੂੰ ਲੋਕ ਮੂੰਹ ਲਾਉਂਦੇ ਆ ਕਿ ਨਹੀਂ ਲਾਉਂਦੇ, ਪਹਿਲਾਂ ਵਾਲੀ ਗੱਲ ਇਹਨਾਂ ਦੀ ਰਹਿੰਦੀ ਆ ਕਿ ਨਹੀਂ ਰਹਿੰਦੀ, ਤੇ ਜੇਕਰ ਨਹੀਂ ਗੱਲ ਰਹਿੰਦੀ ਤੇ ਫਿਰ ਇਹਨਾਂ ਦੇ ਨਾਲ ਗੱਠਜੋੜ ਕਰਨਾ ਕਿਹੜੀ ਗੱਲ ਹੋਣ। ਉਧਰੋਂ ਬੀਜੇਪੀ ਇਹ ਸੋਚਦੀ ਜੀ ਕਿ ਦੇਖਦੇ ਆ ਵੀ ਸਾਡਾ ਕੱਲਿਆਂ ਦਾ ਕੁਝ ਬਣਦਾ ਕਿ ਨਹੀਂ ਬਣਦਾ, ਜੇਕਰ ਸਾਡਾ ਕੱਲਿਆਂ ਦਾ ਕੁਝ ਬਣ ਜੇ, ਲੋਕਾਂ ਦੇ ਵੱਲੋਂ ਸਾਨੂੰ ਚੰਗਾ ਹੁੰਗਾਰਾ ਮਿਲਣ ਲੱਗ ਜੇ, ਤਾਂ ਫਿਰ ਅਸੀਂ ਅਕਾਲੀਆਂ ਤੋਂ ਕਰਵਾਉਣਾ ਕੀ ਹੈ, ਫਿਰ ਅਸੀਂ ਕੱਲੇ ਤੌਰ ਤੇ ਚੋਣ ਲੜ ਲਾਂਗੇ। ਯਾਨੀ ਕਿ ਇਹ ਸਵਾਰਥ ਦੇ ਸੌਦੇ ਆ, ਕੋਈ ਇਹ ਤਾਂ ਜਜ਼ਬਾਤੀ ਗੱਲ ਤਾਂ ਹੈ ਨਹੀਂ ਜੀ ਕਿ ਇੱਕ ਇਉਂ ਆਪਾਂ ਇਹਨਾਂ ਮਿਲ ਕੇ ਚੋਣ ਲੜਨੀ ਹੀ ਲੜਨੀ ਆ, ਆਪਣੇ ਲਈ ਜ਼ਰੂਰੀ ਹੈ ਚੋਣ ਲੜਨੀ। ਸੋ ਦੋਨੋਂ ਪਾਰਟੀਆਂ ਹਲ ਦੀ ਘੜੀ ਤਾਂ ਇੱਕ ਦੂਜੇ ਦੇ ਵੱਲ ਵੇਖ ਰਹੀਆਂ ਵੀ ਇਹ ਕਿੱਥੇ ਜੇ ਖੜੇ ਆ, ਇਹਨਾਂ ਨਾਲ ਗੱਠਜੋੜ ਕਰਨ ਦਾ ਸਾਨੂੰ ਲਾਭ ਕਿੱਥੇ ਜੇ ਹੁੰਦਾ, ਨੁਕਸਾਨ ਕਿੱਥੇ ਜੇ ਹੁੰਦਾ, ਹਾਲ ਦੀ ਘੜੀ ਤਾਂ ਆਹ ਗੱਲਾਂ ਵਿਚਾਰੀਆਂ ਜਾ ਰਹੀਆਂ ਜੀ। ਜੀ ਬਿਲਕੁਲ, ਕਹਿਣਾ ਸਾਹਿਬ ਅਕਸਰ ਖਿਡਾਰੀ ਜਦੋਂ ਚੰਗਾ ਪ੍ਰਦਰਸ਼ਨ ਕਰਦੇ ਨੇ ਉਹਨਾਂ ਦੇ ਬਾਬਤ ਆਪਾਂ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ, ਪਰ ਕਈ ਵਾਰ ਜਿਹੜੇ ਕੋਚ ਨੇ ਉਹ ਵਿਚਾਰੇ ਇੱਕ ਪਾਸੇ ਰਹਿ ਜਾਂਦੇ ਨੇ। ਪਰ ਹੁਣ ਪੰਜਾਬ ਸਰਕਾਰ ਨੇ ਕਹਿੰਦੇ ਕੋਚਾਂ ਦੇ ਬਾਰੇ ਚ ਵੀ ਸੋਚਿਆ, ਤੇ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਕੋਚਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹਨਾਂ ਦੇ ਵਿੱਚ ਵੀ ਵਾਧਾ ਹੋਊਗਾ। हाँ बिल्कुल जी बिल्कुल, देखो पंजाब सरकार दे वल्लों ये ऐलान कर दिता गया, लंघे कल पंजाब दे खेड मंत्री ने मीत हेयर उन्होंने वल्लों ये ऐलान किया गया। उन्होंने ये गल कही है कि इस वेले पंजाब दे खिडारी है जिहड़े वो बड़ा सोहना अपना प्रदर्शन कर रहे हैं, वख वख थावां ते बड़ा सोहना प्रदर्शन कर रहे हैं। उन्होंने कहा जी कि इन्हां खिडारियों तो बुलारे जाण नूं चित करदा, ये खिडारी साडा माण आ, साडे सूबे दा, साडे देश दा माण आ, इन्हां दीआं मेहनतां दे मूहरे साडा सिर झुकदा, ते उन्होंने आह गल्लां कहीआं। उस तो बड़ी गल महत्वपूर्ण यह आ भी उन्होंने आख्या कि जरूरत इस वक्त इस गल की आ कि खिडारियों नूं सभे सहूलत मुहैया कराईया जाण। उन्होंने ये गल कही आ भी खिडारियों के नाल आ जिहड़े जो कुछ भी जुड़िया वो खिडारियों नूं वध तों वध मुहैया कराया जाए, इस समय की जरूरत हैगी आ। ते फिर इन्होंने कहा जी कि जिहड़े कोच आ खिडारियों के गुरु आ जिहड़े उन्हां दीआं तनखाहां दे विच असीं वाधा करन लगे, साडी सरकार वल्लों वाधा कर दिता गया। वधिया गल है जी, खिडारियों दीआं तनखाहां दे विच, खिडारियों के इनामों के,
ਖਿਡਾਰੀਆਂ ਦੀਆਂ ਨੌਕਰੀਆਂ ਦੇ ਵਿੱਚ, ਤਰੱਕੀਆਂ ਦੇ ਵਿੱਚ, ਕੋਚਾਂ ਦੀਆਂ ਤਰੱਕੀਆਂ ਦੇ ਵਿੱਚ ਵਾਧਾ ਹੋਣਾ ਹੀ ਚਾਹੀਦਾ। ਤੇ ਵੈਸੇ ਵੀ ਚੀਨ ਦੇ ਹਾਂਗਜੂ ਖੇਤਰ ਦੇ ਵਿੱਚ ਮੇਰਾ ਖਿਆਲ ਆ ਵੀ ਕੱਲ੍ਹ ਤੱਕ ਤਾਂ 60 ਦੇ ਕਰੀਬ ਮੈਡਲ ਆ ਜਿਹੜੇ ਉਹ ਭਾਰਤ ਨੇ ਜਿੱਤੀ ਲਏ ਸੀ। ਉਹਨਾਂ 60 ਦੇ ਵਿੱਚੋਂ ਤੇ ਪੰਜਾਬੀਆਂ ਨੇ ਵੀ ਐਤਕੀ ਕਮਾਲ ਕੀਤੀ ਆ, ਪੰਜਾਬ ਦੇ ਖਿਡਾਰੀਆਂ ਨੇ ਵੀ ਜਲਵਾ ਖੂਬ ਪੇਸ਼ ਕੀਤਾ। ਸੋ ਇਹ ਜੀ ਕਿ ਸਾਡੇ ਖਿਡਾਰੀਆਂ ਦੇ ਉੱਤੇ ਭਾਵੇਂ ਪੰਜਾਬ ਦੇ ਆ ਭਾਵੇਂ ਗੈਰ ਪੰਜਾਬੀ ਆ, ਸਾਨੂੰ ਮਾਣ ਹੈਗਾ। ਸੋ ਐਤਕੀ ਆਪਦੀ ਬੜੀ ਤਕੜੀ ਪ੍ਰਤਿਭਾ ਦਾ ਜਿਹੜਾ ਉਹ ਨਮੂਨਾ ਪੇਸ਼ ਕੀਤਾ ਹੈਗਾ ਸਾਡੇ ਪੰਜਾਬੀਆਂ ਨੇ, ਸਾਡੇ ਪੂਰੇ ਭਾਰਤ ਦੇ ਖਿਡਾਰੀਆਂ ਨੇ ਏਸ਼ੀਅਨ ਖੇਡਾਂ ਦੇ ਵਿੱਚ। ਜੀ ਟੈਣਾ ਸਾਹਿਬ, ਤੇ ਅੱਗੇ ਵੱਧਦੇ ਹਾਂ, ਗੱਲ ਹੁਣ ਪਰਾਲੀ ਦੀ ਵੀ ਕਰ ਲਈ ਟੈਣਾ ਸਾਹਿਬ, ਇਹਨੂੰ ਲੈ ਕੇ ਇੱਕ ਬਹੁਤ ਹੈਰਾਨੀਜਨਕ ਅੰਕੜੇ ਜਿਹੜੇ ਸਾਹਮਣੇ ਆਏ ਨੇ ਕਿ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਪੰਜਾਬ ਤੇ ਹਰਿਆਣਾ ਨੇ ਕਹਿੰਦੇ ਰਿਕਾਰਡ ਹੀ ਤੋੜ ਦਿੱਤੇ। ਬਿਲਕੁਲ ਜੀ ਬਿਲਕੁਲ, ਪੰਜਾਬ ਤੇ ਹਰਿਆਣਾ ਨੇ ਰਿਕਾਰਡ ਤੋੜਤੇ ਆ। ਇਹ ਇੱਕ ਬੜੀ ਮਹੱਤਵਪੂਰਨ ਗੱਲ ਆ ਵੀ ਹਰ ਸਾਲ ਹੀ ਜੇ 20 ਦੀ ਗੱਲ ਕਰੀਏ ਤਾਂ 20 ਨਾਲੋਂ 21 ਦੇ ਵਿੱਚ ਵੱਧ ਰਿਕਾਰਡ ਤੋੜੇ ਗਏ ਪਰਾਲੀ ਤੇ ਨਾੜ ਸਾੜਨ ਦੇ ਮਾਮਲੇ 'ਚ, 21 ਨਾਲੋਂ 22 ਦੇ ਵਿੱਚ ਤੇ 22 ਦੇ ਨਾਲੋਂ 23 ਦੇ ਵਿੱਚ ਹੁਣੇ ਹੀ ਅੰਕੜੇ ਜਿਹੜੇ ਉਹ ਨਵੇਂ ਬਣੀ ਜਾਂਦੇ ਆ। ਭਾਵੇਂ ਕਿ ਲੱਖ ਵਾਰ ਸਰਕਾਰ ਇਹ ਗੱਲ ਕਵੇ ਕਿ ਭਾਈ ਪਰਾਲੀ ਨਾ ਸਾੜੋ, ਪਰਾਲੀ ਨਾ ਸਾੜੋ, ਪਰਾਲੀ ਸਾੜੋਗੇ ਤਾਂ ਇੱਦਾਂ ਬਰਬਾਦੀ ਹੋ ਰਹੀ ਆ, ਵਾਤਾਵਰਨ ਦਾ ਨੁਕਸਾਨ ਹੋ ਰਿਹਾ, ਧਰਤੀ ਦੇ ਮਿੱਤਰ ਕੀੜੇ ਮਰ ਰਹੇ ਆ, ਤੁਸੀਂ ਨੁਕਸਾਨ ਨਾ ਕਰੋ, ਫਸਲਾਂ ਦੀ ਉਪਜਾਊ ਸ਼ਕਤੀ ਘਟਦੀ ਆ, ਪਰ ਲੋਕ ਨਹੀਂ ਟਲਦੇ। ਤੁਸੀਂ ਦੇਖੋ ਵੀ ਹਾਲੇ 1 ਅਕਤੂਬਰ ਤੋਂ ਝੋਨਾ ਮੰਡੀਆਂ ਦੇ ਵਿੱਚ ਆਉਣਾ ਸ਼ੁਰੂ ਹੋਇਆ ਤੇ ਪੰਜਾਬ ਦੇ ਵਿੱਚ ਰਿਕਾਰਡ ਤੋੜ ਅੰਕੜੇ ਜਿਹੜੇ ਉਹ ਪਰਾਲੀ ਸਾੜਨ ਦੇ ਬਣਨ ਵੀ ਲੱਗ ਗਏ ਆ। ਸੋ ਐਤਕੀ 23 ਦੇ ਵਿੱਚ ਮੰਨ ਲਓ ਹਾਲੇ ਤਾਂ ਤੁਸੀਂ ਦੇਖਿਓ ਵੀ 2 ਕੁ ਹਫ਼ਤਿਆਂ ਤੱਕ ਮੰਡੀਆਂ ਦੇ ਵਿੱਚ ਝੋਨੇ ਦੀ ਜਿਹੜੀ ਆ ਉਹ ਫਸਲ ਬਹੁਤ ਵੱਡੀ ਮਾਤਰਾ ਦੇ ਵਿੱਚ ਆਉਣ ਲੱਗਣੀ ਆ। ਤੇ ਜੇਕਰ ਹੁਣੇ ਆ ਕੁਝ ਸ਼ੁਰੂ ਹੋ ਗਿਆ ਤੇ ਫਿਰ ਆਪਾਂ ਸਮਝ ਸਕਦੇ ਹਾਂ ਵੀ ਭਾਈ ਐਤਕੀ ਗੱਲ ਕਿੱਥੇ ਜਾਊਗੀ। ਸੋ ਪੰਜਾਬ, ਹਰਿਆਣਾ ਤੇ ਯੂਪੀ ਹਰ ਸਾਲ ਹੀ ਜਿਹੜੇ ਪਰਾਲੀ ਨੂੰ, ਨਾੜ ਨੂੰ ਅੱਗ ਲਾਉਣ ਦੇ ਵਿੱਚ ਰਿਕਾਰਡ ਪੈਦਾ ਕਰਦੇ ਆ ਤੇ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜ਼ੋਰ ਫੜਨ ਵੀ ਲੱਗ ਪਿਆ। ਹੈਰਾਨੀ ਵੀ ਹੁੰਦੀ ਆ, ਦੁੱਖ ਵੀ ਹੁੰਦਾ ਇਸ ਗੱਲ ਦੇ ਉੱਤੇ ਕਿ ਭਾਈ ਬਣੀ ਕੀ ਜਾਂਦਾ। ਅਸੀਂ ਉਹ ਪੰਜਾਬੀ ਹਾਂ ਜਿਹੜੇ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਕਹਿਣੋ ਵੀ ਨਹੀਂ ਹਟਦੇ, ਪੜ੍ਹਨੋਂ ਨਹੀਂ ਹਟਦੇ, ਪੜ੍ਹਦੇ ਹਾਂ, ਪੜ੍ਹਨਾ ਵੀ ਚਾਹੀਦਾ ਅਸੀਂ, ਪਰ ਪੜ੍ਹਨੋਂ ਹਟਦੇ ਨਹੀਂ। ਮੈਂ ਤਾਂ ਕਹਿਣਾ ਵੀ ਅਸੀਂ ਪੜ੍ਹਦੇ ਵੀ ਹਾਂ ਪਰ ਅਮਲ ਕਦੇ ਨਹੀਂ ਕਰਦੇ। ਅਸੀਂ ਬਲਹਾਰੀ ਕੁਦਰਤ ਵਸਿਆ ਦੀ ਗੱਲ ਵੀ ਕਰਦੇ ਹਾਂ ਪਰ ਵਕਤ ਨੂੰ ਸਮਝਦੇ ਨਹੀਂ ਗੇ ਵੀ ਭਾਈ ਅੱਜ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਲੋਕ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਵੱਲ ਵੀ ਗੌਰ ਨਹੀਂ ਕਰਦੇ ਤੇ ਕਾਰਨ ਹੀ ਦੱਸੀ ਜਾਂਦੇ ਆ, ਮਜਬੂਰੀਆਂ ਹੀ ਸਾਬਤ ਕਰੀ ਜਾਂਦੇ ਆ, ਮਜਬੂਰੀ ਆਹ ਬਣ ਗਈ, ਮਜਬੂਰੀ ਆਹ ਬਣ ਗਈ, ਮਜਬੂਰੀ ਆਹ ਬਣ ਗਈ, ਮਜਬੂਰੀ ਹੀ ਆਹ ਬਣ ਗਈ। ਸੋ ਲੋਕਾਂ ਨੂੰ ਇਹ ਚਾਹੀਦਾ ਕਿ ਭਾਈ ਐਤਕੀ ਨਾ ਅੱਗ ਲਾਈ ਜਾਵੇ ਤੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਭਾਈ ਸੰਦ ਜਿਹੜੇ ਉਹ ਸਹੀ ਮੁਹੱਈਆ ਕਰਵਾਏ ਜਾਣ ਤਾਂ ਜੋ ਇੱਦਾਂ ਅੱਗ ਲਾਉਣ ਦੀ ਲੋੜ ਨਾ ਪਵੇ। ਤੇ ਲੋਕ ਪਤਾ ਨਹੀਂ ਕਿੱਥੇ ਜਾਣਾ ਕਿੱਥੇ ਹੁੰਦਾ ਲੋਕਾਂ ਨੇ, ਜੇਕਰ ਤੁਸੀਂ ਥੋੜਾ ਜਿਹਾ ਵੱਧ ਕੰਮ ਕਰ ਲਓਗੇ। ਤੁਸੀਂ ਕਿਹੜਾ ਵੀ ਇਹ ਆ ਵੀ ਅੱਜ ਅੱਗ ਲਾਈ ਤੇ ਕੱਲ ਨੂੰ ਫਿਰ ਉੱਥੇ ਕਣਕ ਬੀਜ ਦੇਣੀ ਆ, ਤੁਹਾਡੇ ਕੋਲੇ ਹਾਲੇ 15-20 ਦਿਨ ਦਾ ਸਮਾਂ ਹੁੰਦਾ, ਹੌਲੀ ਹੌਲੀ ਆਪਦਾ ਕੰਮ ਨੇਪਰੇ ਚਾੜਿਆ ਜਾ ਸਕਦਾ, ਪਰ ਆਪਦਾ ਖੇਤ ਛੇਤੀ ਛੇਤੀ ਵਿਹਲਾ ਕਰਨ ਦੇ ਚੱਕਰ ਦੇ ਵਿੱਚ ਤੇ ਅਸੀਂ ਤਬਾਹੀਆਂ ਉਠਾਈ ਜਾਂਦੇ ਵਾਤਾਵਰਨ ਦੀਆਂ। ਲੋਕ ਗੌਰ ਨਹੀਂ ਕਰਦੇ, ਲੋਕ ਸਿਰਫ ਕਾਰਨ ਹੀ ਦੱਸਦੇ ਆ, ਮੇਰੀ ਮਜਬੂਰੀ ਬਣ ਗਈ, ਸਰਕਾਰ ਕਿਹੜਾ ਚੰਗੀ, ਤੇ ਲੋਕ ਚੰਗੇ ਆਪ ਵੀ ਹੋਣਗੇ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਕਹਿਣਾ ਸਰ। ਖੈਰ ਅੱਗੇ ਵੱਧਦੇ ਹਾਂ, ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਜੀ। ਉੱਥੇ ਜਿਹੜੇ ਕਮਿਸ਼ਨਰ ਆਫ ਪੁਲਿਸ ਨੌ ਨਿਹਾਲ ਸਿੰਘ ਤੇ ਡੀਸੀਪੀ ਪੰਡਾਲ, ਕਹਿੰਦੇ ਉਹਨਾਂ ਨੇ ਪੰਜਾਬੀ ਗਾਣਿਆਂ ਤੇ ਵਾਹ ਵਾਹ ਭੰਗੜਾ ਪਾਇਆ, ਵਾਹ ਵਾਹ ਨੱਚੇ ਨੇ। ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਆ। ਗੱਲ ਤਾਂ ਇਹ ਜੀ ਕਿ ਜਦੋਂ ਆਪਣੇ ਘਰ ਦੇ ਵਿੱਚ ਕੋਈ ਵੀ ਕਾਰਜ ਨੇਪਰੇ ਚੜ ਜਾਂਦਾ ਨਾ ਤੇ ਫਿਰ ਆਪਾਂ ਕਹਿੰਦੇ ਚੱਲ ਯਾਰ ਹੁਣ ਗਾਉਣ ਛਾਉਣ ਹੀ ਲਾ ਲਓ। ਆਪਾਂ ਵੀ ਘਰਾਂ ਦੇ ਵਿੱਚ ਇਹ ਗੱਲ ਕਹਿੰਦੇ ਵੀ ਚਲੋ ਹੁਣ ਮਨੋਰੰਜਨ ਹੀ ਕਰ ਲਈਏ, 2 ਮਿੰਟ 2 ਘੜੀਆਂ ਨੱਚ ਗਾ ਹੀ ਲਈਏ। ਸੋ ਉਸੇ ਤਰੀਕੇ ਦੇ ਨਾਲ ਹੀ ਆ ਇੱਕ ਵੀਡੀਓ ਸਾਹਮਣੇ ਆਈ ਆ ਜਿਹਦੇ ਵਿੱਚ ਅੰਮ੍ਰਿਤਸਰ ਦੇ ਸੀਪੀ ਯਾਨੀ ਕਿ ਪੁਲਿਸ ਕਮਿਸ਼ਨਰ ਸਾਹਿਬ ਨੌ ਨਿਹਾਲ ਸਿੰਘ ਤੇ ਡੀਸੀਪੀ ਆ ਜਿਹੜੇ ਉੱਥੋਂ ਦੇ ਉਹ ਹੈਗੇ ਜੀ ਭੰਡਾਰੀ ਸਾਹਿਬ, ਉਹ ਤੇ ਬਾਕੀ ਪੁਲਿਸ ਅਧਿਕਾਰੀ ਉੱਥੇ ਨੱਚ ਰਹੇ ਆ ਤੇ ਉਹਨਾਂ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਆ। ਖੁਸ਼ੀ ਇਸ ਕਰਕੇ ਮਨਾਈ ਆ ਵੀ ਪਿਛਲੇ ਦਿਨੀ ਆਪਾਂ ਜਾਣਦੇ ਕਿ ਅੰਮ੍ਰਿਤਸਰ ਦੇ ਵਿੱਚ ਉੱਤਰੀ ਖੇਤਰੀ ਮੀਟਿੰਗ ਹੋਈ ਆ, ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਆਏ ਸੀ, ਪੰਜਾਬ ਦੇ ਮੁੱਖ ਮੰਤਰੀ ਸੀ, ਬਾਕੀ ਵੱਖ ਵੱਖ ਨੇਤਾ ਆਏ ਸੀਗੇ। ਉਹ ਹੁਣ ਮੇਰਾ ਖਿਆਲ ਆ ਵੀ ਪਾਰਟੀ ਇਹਨਾਂ ਨੇ ਇਸ ਕਰਕੇ ਰੱਖੀ ਹੋਣੀ ਹੈ ਵੀ ਚਲੋ ਸਾਰਾ ਕਾਰਜ ਨਿਰਵਿਘਨ ਤਰੀਕੇ ਨਾਲ ਨੇਪਰੇ ਚੜ ਗਿਆ ਜਦੋਂ ਵੱਡੇ ਨੇਤਾ ਆਏ ਸੀਗੇ ਤੇ ਕੋਈ ਇਹੋ ਜਿਹੀ ਅਣਗਹਿਲੀ ਨਹੀਂ, ਸਾਰਾ ਕੁਝ ਠੀਕ ਕੀਤਾ, ਪੁਲਿਸ ਬੜੀ ਮੁਸਤੈਦ ਰਹੀ ਆ। ਸੋ ਪਤਾ ਲੱਗਾ ਜੀ ਕਿ ਜਿਹੜੇ ਸੀਪੀ ਸਾਹਿਬ ਨੇ ਪੁਲਿਸ ਕਮਿਸ਼ਨਰ ਸਾਹਿਬ ਉਹਨਾਂ ਨੇ ਅਧਿਕਾਰੀਆਂ ਦੇ ਲਈ ਇੱਕ ਪਾਰਟੀ ਰੱਖੀ ਸੀ, ਉੱਥੇ ਵੱਖ ਵੱਖ ਪੁਲਿਸ ਅਧਿਕਾਰੀ ਪਹੁੰਚੇ ਸੀਗੇ, ਉਹ ਫਿਰ ਜੀ ਉੱਥੇ ਨੱਚ ਗਾ ਰਹੇ ਆ, ਪੰਜਾਬੀ ਗਾਣਿਆਂ ਦੇ ਉੱਤੇ ਡਾਂਸ ਕਰ ਰਹੇ ਆ। ਸੋ ਵਧੀਆ ਗੱਲ ਆ ਜੀ ਤੇ ਚੰਗੀ ਗੱਲ ਆ, ਖੁਸ਼ੀ ਮਨਾ ਵੀ ਲੈਣੀ ਚਾਹੀਦੀ ਕਦੇ ਕਦੇ ਤੇ ਡਾਂਸ ਵੀ ਕੀਤਾ ਉਹਨਾਂ ਨੇ, ਭੰਗੜਾ ਭੁੰਗੜਾ ਪਾਇਆ ਤੇ ਬਹੁਤ ਵਧੀਆ ਗੱਲ ਆ ਜੀ। ਜੀ ਬਿਲਕੁਲ, ਤੇ ਜਨਾਬ ਸਾਹਿਬ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਪੰਜਾਬ ਦਾ ਮੌਸਮ ਠੀਕ ਆ ਜੀ, ਬਹੁਤ ਬਦਲ ਗਿਆ। ਪੰਜਾਬ ਦੇ ਵਿੱਚ ਹੁਣ ਰਾਤ ਦੇ ਵੇਲੇ ਬਿਲਕੁਲ ਮੌਸਮ ਬਦਲ ਗਿਆ ਤੇ ਦਿਨ ਦੇ ਵੇਲੇ ਵੀ ਤਪਸ਼ਾ ਜਿਹੜੀ ਉਹ ਨਾ ਮਾਤਰ ਹੈਗੀ ਆ ਹੁਣ, ਪਰ ਰਾਤ ਦੇ ਵੇਲੇ ਤਾਂ ਮੌਸਮ ਦੇ ਵਿੱਚ ਬਹੁਤ ਵੱਡੀ ਤਬਦੀਲੀ ਹੈਗੀ ਆ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਸਥਿਰ ਰਹਿਣਾ, ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ, ਪਰ
ਜਿਹੜੀ ਧੁੱਪ ਵਿਚਲੀ ਮੜਕ ਆ, ਜਿਹੜੀ ਧੁੱਪ ਵਿਚਲੀ ਆਕੜ ਆ, ਉਹ ਲਗਾਤਾਰ ਘਟੀ ਜਾਣੀ ਹੈ। ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ ਇੰਨੇ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ।